ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤਾਕਤਾਂ ਨੂੰ ਘੱਟ ਕਰਨਾ ਚਾਹੁੰਦੇ ਆ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਪਕੜ ਪੰਜਾਬ ਦੇ ਵਿੱਚ ਮਜ਼ਬੂਤ ਬਣਾਉਣਾ ਚਾਹੁੰਦੇ ਆ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਫੰਡ ਨੂੰ ਲੈ ਕੇ ਕਮੀਨਾ ਰਵੇ ਰਿਸੋਰਸਸ ਨੂੰ ਲੈ ਕੇ ਕੋਈ ਕਮੀਨਾ ਰਵੇ ਜਿਸ ਦੇ ਕਰਕੇ ਦਿੱਲੀ ਚੋਣਾਂ ਦੇ ਵਿੱਚ ਪ੍ਰਚਾਰ ਦੇ ਦੌਰਾਨ ਮੁਸ਼ਕਲਾਂ ਆ ਸਕੇ ਹੋਰ ਵੀ ਕਈ ਸਵਾਲ ਹੈ ਵੀਜੇ ਨਾਇਰ ਨੂੰ ਆਖਰੀ ਕੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਬੇਵੋ ਕੁਮਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਕਿਉਂ ਬਿਠਾ ਦਿੱਤਾ ਗਿਆ ਲੋਕਤਾਰਾ ਪੰਜਾਬੀ ਚੈਨਲ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਹਾਂ rahul kala ਅੱਜ ਦੀ ਰਿਪੋਰਟ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਇਸ ਬਾਰੇ ਗੱਲਬਾਤ ਕਰਾਂਗੇ ਤੇ ਰਿਪੋਰਟ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਪੂਰਾ ਆਖਰ ਤੱਕ ਦੇਖਿਓ ਤਾਂ ਹੀ ਤੁਹਾਨੂੰ ਸਮਝ ਲੱਗੇਗਾ ਕਿ ਆਖਰ ਪਿਛਲੇ ਇੰਨੇ ਦਿਨਾਂ ਤੋਂ ਕੀ ਕਾਲਾ-ਮਾਲਾ ਚੱਲਿਆ ਹੋਇਆ ਆਮ ਆਦਮੀ ਪਾਰਟੀ ਦੇ ਅੰਦਰ ਤੇ ਇਸ ਦਾ ਇਫੈਕਟ ਜਿਹੜਾ ਹੈ ਪੰਜਾਬ ਦੇ ਵਿੱਚ ਕੀ ਪਏਗਾ ਆਮ ਆਦਮੀ ਪਾਰਟੀ ਦੇ ਅੰਦਰੂਨੀ ਲੀਡਰ ਦੱਸਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਨਾ ਤਾਂ ਅਰਵਿੰਦ ਕੇਜਰੀਵਾਲ ਦੀ ਪਹਿਲੀ ਪਸੰਦ ਸੀ ਮਜਬੂਰੀ ਕਰਕੇ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਕਿਉਂਕਿ ਸੂਬੇ ਦੇ ਵਿੱਚ ਕੋਈ ਹੋਰ ਚਿਹਰਾ ਨਹੀਂ ਸੀ ਜਿਸ ਦੇ ਉੱਪਰ ਭਗਵੰਤ ਮਾਨ ਦੀ ਜਗ੍ਹਾ ਦੇ ਉੱਪਰ ਉਸ ਨੂੰ ਉਤਾਰ ਦਿੱਤਾ ਜਾਵੇ ਇਸ ਤੋਂ ਬਾਅਦ ਕੀ ਹੁੰਦਾ ਕਿ ਅਰਵਿੰਦ ਕੇਜਰੀਵਾਲ ਜਦੋਂ ਜੇਲ੍ਹ ਦੇ ਵਿੱਚ ਚਲੇ ਜਾਂਦੇ ਐ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਜੋ ਕਮੀਆਂ ਰਹਿੰਦੀਆਂ ਉਹ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਚਲੇ ਜਾਂਦੇ ਆ ਤਾਂ ਪੰਜਾਬ ਦੇ ਲੀਡਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਲੀਡਰਸ਼ਿਪ ਦੇ ਨਾਲ ਅਜਿਹਾ ਕੋਈ ਵੀ ਰੋਸ ਪ੍ਰਦਰਸ਼ਨ ਨਹੀਂ ਕੀਤਾ ਗਿਆ ਮਜ਼ਬੂਤੀ ਦੇ ਨਾਲ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਖੜੇ ਨਹੀਂ ਦਿੱਤੇ ਤੇ ਨਾਲ ਦੀ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਪੰਜਾਬ ਤੋਂ ਕੋਈ ਜ਼ਿਆਦਾ ਫੰਡ ਨਹੀਂ ਮਿਲਿਆ ਪੰਜਾਬ ਤੋਂ ਕੋਈ ਰਿਸੋਰਸਸ ਨਹੀਂ ਮਿਲੇ ਨਾ ਹੀ ਕੋਈ ਅਜੀਬ ਫੰਡ ਦਿੱਤਾ ਗਿਆ ਜਿਸ ਦੇ ਨਾਲ ਪਾਰਟੀ ਪੈਸੇ ਪੱਖੋਂ ਆਰਥਿਕ ਪੱਖੋਂ ਮਜ਼ਬੂਤੀ ਦੇ ਨਾਲ ਚੋਣ ਪ੍ਰਚਾਰ ਕਰ ਸਕੇ ਇਹ ਰਿਪੋਰਟ ਦੇ ਵਿੱਚ ਕਿਹਾ ਗਿਆ ਜੋ ਸਾਡੇ ਕੋਲ ਪਹੁੰਚੀ ਹੈ ਇਹਨਾਂ ਸਾਰੇ ਚੱਕਰਾਂ ਤੋਂ ਫੰਡ ਦੀ ਕਮੀ ਰਿਸੋਰਸਸ ਦੀ ਕਮੀ ਤੇ ਨਾਲ ਦੀ ਨਾਲ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਨਾ ਖੜਨਾ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਾਰੀ ਪੈ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਪਗਵੰਤ ਮਾਨ ਨੂੰ ਇੱਕ ਪਾਸੇ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਤੇ ਇਸ ਦੇ ਵਿੱਚ ਦੋ ਨਾਮ ਸਭ ਤੋਂ ਵੱਧ ਚਰਚਾ ਚਾਏ ਨੇ ਇੱਕ ਤਾਂ ਤੁਸੀਂ ਜਾਣਦੇ ਹੋ ਬਹਿਵ ਕੁਮਾਰ ਜੋ ਅਰਵਿੰਦ ਕੇਜਰੀਵਾਲ ਦਾ ਪੀ ਹੈ ਕੇਜਰੀਵਾਲ ਦੀ ਅੱਖ ਜਾਂ ਕੰਨ ਕਹਿ ਲੋ ਜਾਂ ਫਿਰ ਕਹਿ ਲੋ ਕਿ ਇੱਕ ਸਜਾਥ ਅਰਵਿੰਦ ਕੇਜਰੀਵਾਲ ਦਾ ਤੇ ਇਸ ਲਿਸਟ ਦੇ ਵਿੱਚ ਦੂਸਰਾ ਨਾਮ ਆ ਜਾਂਦਾ ਵਿਜੇ ਨਾਇਰ ਦਾ ਤੇ ਹੁਣ ਦੂਸਰੇ ਨਾਮ ਤੇ ਚਰਚਾ ਕਰਦੇ ਆ ਪਹਿਲਾ ਨਾਮ ਤੇ ਤੁਸੀਂ ਸਭ ਜਾਣਦੇ ਹੋ ਬੈਵ ਕੁਮਾਰ ਦਾ ਆਖਰ ਵਿਜੇ ਨਾਇਰ ਕੌਣ ਹੈ ਔਰ ਜਿਸ ਨੂੰ ਹੁਣ ਪੰਜਾਬ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ ਚੱਲ ਰਹੀ ਹੈ ਵਿਜੇ ਨਾਇਰ ਮਨੀਸ਼ ਸਿਸੋਦੀਆ ਦੇ ਕਾਫੀ ਕਰੀਬੀ ਹੈਗੇ ਆ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਆਪਣੇ ਦੋ ਚਹਤ ਫਿੱਟ ਕਰਨੇ ਸੀ ਉਸ ਦੇ ਵਿੱਚ ਪਹਿਲਾ ਨਾਮ ਵਿਵਕ ਕੁਮਾਰ ਦਾ ਆਂਦਾ ਹੈ ਤੇ ਦੂਸਰਾ ਨਾਮ ਮਨੀਸ਼ ਸਿਸੋਦੀਆ ਦਿੰਦੇ ਆ ਵਿਜਨਾਇਰ ਦਾ ਵਿਜਨਾਇਰ 2014-15 ਦੇ ਵਿੱਚ ਆਮ ਆਦਮੀ ਪਾਰਟੀ ਸ਼ਾਮਲ ਹੁੰਦੇ ਆ ਹਾਲਾਂਕਿ ਵਿਵਕ ਕੁਮਾਰ ਇੱਕ ਪਾਰਟੀ ਫਾਊਂਡਰ ਮੈਂਬਰਾਂ ਦੇ ਵਿੱਚ ਸੀ ਵਿਜਨਾਇਰ ਜਿਹੜਾ ਹੈ ਇਹ 23 ਮਹੀਨੇ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਦਿੱਲੀ ਸ਼ਰਾਬ ਕੋਟਾਲਾ ਮਾਮਲੇ ਦੇ ਵਿੱਚ ਇਲਜ਼ਾਮ ਹੈ ਈਡੀ ਨੇ ਇਲਜ਼ਾਮ ਲਗਾਇਆ ਕਿ ਵਿਜੇ ਨਾਇਰ ਤੇ ਹੋਰ ਬੰਦਿਆਂ ਨੇ ਸਾਊਥ ਦੀ ਜਿਹੜੀ ਲੋਬੀ ਹੈ ਉਹਨਾਂ ਦੇ ਕੋਲੋਂ 100 ਕਰੋੜ ਰੁਪਏ ਦੀ ਰਿਸ਼ਵਤ ਲਈ ਹੈ ਦਿੱਲੀ ਦੀ ਐਕਸਾਈਜ਼ ਪਾਲਿਸੀ ਬਣਾਉਣ ਦੇ ਲਈ ਤਾਂ ਵਿਜੇ ਨਾਇਰ ਨੂੰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ OSD ਬਣਾਇਆ ਜਾਵੇਗਾ ਤੇ ਬੇਵੋ ਕੁਮਾਰ ਨੂੰ ਵੀ ਸੀਐਮ ਭਗਵੰਤ ਮਾਨ ਦਾ ਚੀਫ ਐਡਵਾਈਜ਼ਰ ਬਣਾਇਆ ਜਾਏਗਾ ਇਸ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਪ੍ਰੋਸੈਸ ਕੰਪਲੀਟ ਹੈ ਪ੍ਰੋਸੈਸ ਜੋ ਫਾਈਲ ਤੋਰੀ ਗਈ ਸੀ ਉਹ ਵੀ ਪੂਰੀ ਹੋ ਗਈ ਹੈ ਬਸ ਥੋੜੇ ਦਿਨਾਂ ਦੇ ਵਿੱਚ ਇਸ ਦੇ ਤੇ ਮੋਹਰ ਲੱਗ ਜਾਏਗੀ ਤਾਂ ਇਹਨਾਂ ਦੋਵਾਂ ਬੰਦਿਆਂ ਦੇ ਕਰਕੇ ਯਾਨੀ ਕਿ ਵਿਜੇ ਨਾਇਰ ਤੇ ਬੇਵਕ ਕੁਮਾਰ ਦੇ ਲਈ ਇਹਨਾਂ ਦੋਵਾਂ ਬੰਦਿਆਂ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਸਭ ਤੋਂ ਵੱਧ ਕਰੀਬੀ ਸੀ ਉਹਨਾਂ ਦੇ ਵਿੱਚੋਂ ਤਿੰਨ ਜਿਹੜੇ ਹੈਗੇ ਦੋ OSD ਤੇ ਇੱਕ ਮੀਡੀਆ ਸਲਾਹਕਾਰ ਇਹਨਾਂ ਦੀ ਛੁੱਟੀ ਕਰ ਦਿੱਤੀ ਗਈ ਇਹਨਾਂ ਦੇ ਵਿੱਚ ਓੰਕਾਰ ਸਿੰਘ ਹੈ ਜਿਸ ਨੂੰ 23 ਅਗਸਤ 2024 ਨੂੰ ਛੁੱਟੀ ਕੀਤਾ ਗਿਆ ਭਗਵੰਤ ਮਾਨ ਦੇ OSDC ਤੂਰੀ ਸੀਟ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ CM ਬਣ ਜਾਂਦੇ ਆ ਉਦੋਂ ਤੋਂ ਜਿੰਨੀ ਵੀ ਤੂਰੀ ਸੀਟ ਦੀ ਜਿੰਨੀ ਵੀ ਉੱਥੇ ਅੰਦਰ ਆਮ ਆਦਮੀ ਪਾਰਟੀ ਦੀ ਪੋਲੀਟੀਕਲ ਐਕਟੀਵਿਟੀਆਂ ਹੁੰਦੀਆਂ ਸੀ ਔੰਕਾਰ ਸਿੰਘ ਉਸ ਨੂੰ ਦੇਖਦਾ ਸੀ ਗੁਰਪ੍ਰੀਤ ਕੌਰ ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਉਹਨਾਂ ਦੇ ਲਈ ਫੀਲਡ ਦਾ ਕੰਮ ਜਿਹੜਾ ਹੈ ਇਹ ਔੰਕਾਰ ਸਿੰਘ ਕਰਦਾ ਸੀ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫੀ ਕਰੀਬੀ ਸੀ ਇਸ ਤੋਂ ਪਹਿਲਾਂ ਮਨਜੀਤ ਸਿੰਘ ਦੀ ਵੀ ਛੁੱਟੀ ਕੀਤੀ ਗਈ ਸੀ ਮਨਜੀਤ ਸਿੰਘ ਨੂੰ ਪਿਛਲੇ ਸਾਲ 2023 ਦੇ ਵਿੱਚ ਸਫ਼ਰ ਕਰ ਦਿੱਤਾ ਗਿਆ ਸੀ OSDC ਹਾਲਾਂਕਿ ਇਹ ਜਿਹੜੀ ਹੈ ਛੁੱਟੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਪਹਿਲਾਂ ਹੁੰਦੀ ਹੈ ਮਨਜੀਤ ਸਿੰਘ ਦੀ ਤੇ ओंकार ਸਿੰਘ ਦੀ ਅਰਵਿੰਦ ਕੇਜਰੀਵਾਲ ਦੇ ਜੇਲ ਤੋਂ ਬਾਹਰ ਆਣ ਤੋਂ ਬਾਅਦ ਕੀਤੀ ਜਾਂਦੀ ਹੈ ਫਿਰ ਇਸ ਤੋਂ ਬਾਅਦ ਇੱਕ ਮੀਡੀਆ ਸਲਾਹਕਾਰ ਬਲਤੇਜ ਪੰਨੂ ਇਹਨਾਂ ਦੀ ਵੀ ਛੁੱਟੀ ਕਰ ਦਿੱਤੀ ਜਾਂਦੀ ਹੈ ਤਾਂ ਇਹਨਾਂ ਤਿੰਨਾਂ ਦੀ ਛੁੱਟੀ ਹੋਣ ਦਾ ਮਤਲਬ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪਾਵਰਾਂ ਘਟਾ ਦਿੱਤੀਆਂ ਗਈਆਂ ਸੀਐਮ ਹਾਊਸ ਦੇ ਵਿੱਚ ਜੋ ਭਗਵੰਤ ਮਾਨ ਦੀ ਚੱਲਦੀ ਸੀ ਉਹ ਹੁਣ ਨਹੀਂ ਚਲੇਗੀ ਹੁਣ ਇਹਨਾਂ ਦੀ ਥਾਂ ਦੇ ਉੱਪਰ ਚੀਫ ਐਡਵਾਈਜ਼ਰ ਬੇਵਾ ਕੁਮਾਰ ਲਗਾ ਦਿੱਤਾ ਜਾਵੇਗਾ ਤੇ ਨਾਲ ਦੀ ਨਾਲ ਓਐਸਡੀ ਭਗਵੰਤ ਮਾਨ ਦਾ ਵਿਜੇ ਨਾਇਰ ਹੋਏਗਾ ਇਹਨਾਂ ਦੋਵਾਂ ਦੀ ਸਿੱਧੀ ਸਿੱਧੀ ਇੱਕ ਅਰਵਿੰਦ ਕੇਜਰੀਵਾਲ ਦਾ ਖਾਸਮ ਖਾਸ ਹੈ ਤੇ ਦੂਸਰਾ ਵਿਜੇ ਨਾਇਰ ਜਿਹੜਾ ਹੈ ਉਹ ਮਨੀਸ਼ ਸਿਸੋਦੀਆ ਦੇ ਸਭ ਤੋਂ ਕਰੀਬੀ ਹੈ ਤਾਂ ਇਹ ਸਾਰਾ ਇੱਕ ਘਟਨਾਕਰਮ ਹੈ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਇਸ ਦਾ ਕਾਰਨ ਇਹ ਹੈ ਕਿ 2024 ਦੇ ਇਲੈਕਸ਼ਨਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਲਈ ਪੰਜਾਬ ਤੋਂ ਜ਼ਿਆਦਾ ਫੰਡਿੰਗ ਨਹੀਂ ਗਈ ਜ਼ਿਆਦਾ ਰਿਸੋਰਸਸ ਨਹੀਂ ਗਏ ਫਿਰ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਜਿਲ ਜਾਂਦੇ ਜਦੋਂ ਉਸ ਤੋਂ ਬਾਅਦ ਪੰਜਾਬ ਵੱਲੋਂ ਇੰਨੇ ਵੱਡੇ ਪੱਧਰ ਦੇ ਉੱਪਰ ਉਸ ਪ੍ਰਦਰਸ਼ਨ ਨਹੀਂ ਕੀਤੇ ਗਏ ਕੇਂਦਰ ਸਰਕਾਰ ਦੇ ਖਿਲਾਫ ਪੰਜਾਬ ਦੇ ਲੀਡਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਸਾਈਡ ਤੇ ਰੱਖਿਆ ਜਾਵੇ ਤਾਂ ਹੋਰ ਕੋਈ ਵੀ ਲੀਡਰ ਜਿਹੜਾ ਹੈ ਆਪਣੇ ਪੱਧਰ ਦੇ ਉੱਪਰ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਨਾ ਤਾਂ ਜਿਹੜਾ ਹੈ ਪ੍ਰਦਰਸ਼ਨ ਕਰਨ ਦੇ ਲਈ ਦਿੱਲੀ ਬੈਠਾ ਤੇ ਨਾ ਹੀ ਪੰਜਾਬ ਦੇ ਵਿੱਚ ਇੰਨੇ ਵੱਡੇ ਕੋਈ ਧਰਨੇ ਲਗਾਏ ਨਾ ਹੀ ਉਲੀਕੇ ਗਏ ਜੋ ਦਿੱਲੀ ਹਾਈ ਕਮਾਂਡ ਨੇ ਉਲਿਕੇਸੀ ਬਸ ਉਹਨਾਂ ਦੇ ਵਿੱਚ ਇੱਕ ਹਿੱਸਾ ਪਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਆਪ ਜਾਂਦੇ ਰਹੇ।